ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਅੱਜ ਮੈਂ ਆਈ ਹਾਂ ਨਰਸਰੀ ਵਿੱਚ ਕੁਝ ਇਨਡੋਰ ਅਤੇ ਕੁਝ ਆਊਟਡੋਰ ਪਲਾਂਟਸ ਲੈਣ। ਅਤੇ ਮੈਨੂੰ ਬਚਪਨ ਤੋਂ ਹੀ ਗਾਰਡਨਿੰਗ ਦਾ, ਫੁੱਲ ਬੂਟੇ ਲਾਉਣ ਦਾ ਬਹੁਤ ਸ਼ੌਂਕ ਹੈ। ਅਤੇ ਜਦੋਂ ਮੈਂ ਆਪਦੇ ਪੇਕੇ ਘਰ ਸੀ, ਉੱਥੇ ਵੀ ਮੈਂ ਗਾਰਡਨਿੰਗ ਕਰਦੇ ਰਹਿਣਾ। ਜਦੋਂ ਵੀ ਫ੍ਰੀ ਟਾਈਮ ਹੋਣਾ, ਮੈਂ ਫੁੱਲ ਬੂਟੇ ਲਾਉਂਦੇ ਰਹਿਣਾ। ਮੈਂ ਆਪਦੇ ਪਾਪਾ ਤੋਂ, ਆਪਦੇ ਬ੍ਰਦਰ ਤੋਂ ਫੁੱਲ ਬੂਟਿਆਂ ਦੇ ਸੀਜ਼ਨ ਦੇ ਅਕੋਰਡਿੰਗ ਬੀ ਮੰਗਾਉਣੇ, ਅਤੇ ਫਿਰ ਉਹਨਾਂ ਨੂੰ ਬੀਜਣਾ। ਸਵੇਰੇ ਸ਼ਾਮ ਉੱਠ ਕੇ ਦੇਖਣਾ ਕਿ ਮੇਰੇ ਬੂਟੇ ਉੱਗਰੇ ਆਏ ਕਿ ਨਹੀਂ ਉੱਗਰੇ। ਅਤੇ ਜਦੋਂ ਪਨੀਰੀ ਉੱਗਰੇ ਆਉਂਦੀ, 3-4 ਇੰਚ ਦੀ ਹੋ ਜਾਂਦੀ, ਤਾਂ ਮੈਂ ਪੱਟ ਕੇ ਅਲੱਗ ਅਲੱਗ ਥਾਵਾਂ 'ਤੇ ਉਹ ਬੂਟੇ ਲਾਉਣੇ, ਅਤੇ ਮੇਰੇ ਆਸ ਪੜੋਸ ਦੀਆਂ ਆਂਟੀਆਂ ਨੇ ਵੀ ਲੈ ਜਾਣੇ। ਸਾਡੇ ਸਾਹਮਣੇ ਘਰ ਆ ਆਂਟੀ, ਉਹਨਾਂ ਨੂੰ ਵੀ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ, ਉਹਨਾਂ ਨੇ ਵੀ ਮੇਰੇ ਤੋਂ ਫੁੱਲ ਬੂਟੇ ਲੈ ਜਾਣੇ। ਅਤੇ ਸਾਡੇ ਨੇੜੇ ਹੀ ਵਾਟਰ ਵਰਕਸ ਹੈ, ਅਤੇ ਉਹਦੇ ਵਿੱਚ ਵੀ ਫੁੱਲ ਬੂਟੇ ਬਹੁਤ ਸੋਹਣੇ ਸੋਹਣੇ ਲੱਗੇ ਹੁੰਦੇ ਸੀ। ਮੈਂ ਉੱਥੇ ਫੁੱਲ ਬੂਟੇ ਲਾ ਵੀ ਆਉਣੇ, ਅਤੇ ਉੱਥੋਂ ਫੁੱਲ ਬੂਟੇ ਘਰ ਪੱਟ ਕੇ ਵੀ ਲੈ ਆਉਣੇ। ਅਤੇ ਵਿਆਹ ਤੋਂ ਬਾਅਦ ਵੀ ਮੈਂ ਆਪਦੀ ਇਹ ਹੌਬੀ ਚੇਂਜ ਨਹੀਂ ਕੀਤੀ। ਮੇਰੇ ਸਹੁਰਾ ਪਰਿਵਾਰ ਨੂੰ ਵੀ ਗਾਰਡਨਿੰਗ ਦਾ ਬਹੁਤ ਸ਼ੌਂਕ ਹੈ, ਉਹ ਵੀ ਗਾਰਡਨਿੰਗ ਦੇ ਵਿੱਚ ਮੇਰੀ ਹੈਲਪ ਕਰਦੇ ਆ। ਮੇਰੇ ਹਸਬੈਂਡ ਬਹੁਤ ਸਪੋਰਟਿਵ ਨੇ, ਉਹ ਮੈਨੂੰ ਫੁੱਲ ਬੂਟਿਆਂ ਦੇ ਬੀਜ਼ ਲਿਆ ਕੇ ਦਿੰਦੇ ਆ, ਤਾਂ ਮੈਂ ਫੁੱਲ ਬੂਟਿਆਂ ਦੇ ਬੀਜ਼ ਲਾਉਂਦੀ ਰਹਿੰਦੀ ਹਾਂ। ਅਤੇ ਗਾਰਡਨਿੰਗ ਕਰਦੇ ਸਮੇਂ ਮੇਰਾ ਕਦੇ ਵੀ ਮਨ ਨਹੀਂ ਭਰਦਾ, ਇਸ ਲਈ ਸਮੇਂ ਸਮੇਂ 'ਤੇ ਮੈਂ ਫੁੱਲਾਂ ਬੂਟਿਆਂ ਦੇ ਪੌਦੇ ਘਰ ਲਾਉਂਦੀ ਹੀ ਰਹਿੰਦੀ ਹਾਂ। ਅਤੇ ਜਿਹੜੇ ਬੂਟੇ ਅਦਰ ਸਾਈਡ ਤੋਂ ਆਉਂਦੇ ਆ, ਜਿਹੜੇ ਸਿਰਫ ਨਰਸਰੀ ਵਿੱਚ ਹੀ ਮਿਲਦੇ ਆ, ਅਤੇ ਉਹਨਾਂ ਨੂੰ ਲੈਣ ਲਈ ਅਸੀਂ ਨਰਸਰੀ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਹਾਂ। ਅਤੇ ਅੱਜ ਵੀ ਆਈ ਹਾਂ ਮੈਂ ਨਰਸਰੀ ਦੇ ਵਿੱਚ ਪਲਾਂਟਸ ਲੈਣ। ਕੁਝ ਇਨਡੋਰਸ ਪਲਾਂਟ ਲਵਾਂਗੇ, ਕੁਝ ਆਊਟਡੋਰ ਪਲਾਂਟਸ ਲਵਾਂਗੇ। ਤਾਂ ਚਲੋ ਕਰਦੇ ਹਾਂ ਫਿਰ ਸ਼ੋਪਿੰਗ ਪਲਾਂਟਸ ਦੀ। ਕੁਝ ਜਾਣਕਾਰੀ ਮੈਂ ਲਵਾਂਗੀ ਪਲਾਂਟਸ ਬਾਰੇ, ਅਤੇ ਕੁਝ ਜਾਣਕਾਰੀ ਅੱਗੇ ਤੁਹਾਡੇ ਨਾਲ ਸ਼ੇਅਰ ਕਰਾਂਗੀ। ਦੇਖੋ ਕਿੱਡੇ ਸੋਹਣੇ ਸੋਹਣੇ ਪਲਾਂਟਸ ਨੇ, ਕਿੰਨੀ ਗ੍ਰੀਨਰੀ ਹੈ। ਮੈਨੂੰ ਤਾਂ ਇੱਥੇ ਬਹੁਤ ਹੀ ਸਕੂਨ ਮਿਲਦਾ ਆ ਕੇ, ਅਤੇ ਮੈਂ ਇੱਥੋਂ ਪਲਾਂਟਸ ਜ਼ਰੂਰ ਖਰੀਦ ਕੇ ਲਿਜਾਨੀ ਹਾਂ। ਅਤੇ ਇਹ ਕਮਲ ਨਰਸਰੀ ਆ, ਮਾਨਸਾ ਰੋਡ ਬਠਿੰਡਾ ਵਿਖੇ। ਇਹ ਇਨਡੋਰ ਪਲਾਂਟਸ ਨੇ, ਹਾਂਜੀ ਦੋਸਤੋ ਆਹ ਦੇਖੋ ਕਿੰਨਾ ਸੋਹਣਾ ਪਲਾਂਟ ਹੈ, ਥੱਲਿਓ ਗੋਲ ਗੋਲ ਮਟਕੇ ਵਾਂਗੂ ਉੱਪਰ ਨੂੰ। ਤੁਸੀਂ ਦੇਖੋ ਕੁਦਰਤ ਦੇ ਕਿੰਨੇ ਸੋਹਣੇ ਰੰਗ ਹੈ, ਕੁਦਰਤ ਨੇ ਕਿੰਨੀ ਸੋਹਣੀ ਚੀਜ਼ ਬਣਾਈ ਹੈ। ਆਹ ਸਾਹਮਣੇ ਤੁਸੀਂ ਬੋਤਲ ਪਾਮ ਦੇ ਵੱਡੇ ਵੱਡੇ ਦਰਖਤ ਦੇਖ ਸਕਦੇ ਹੋ। ਇਹ ਸਕੂਲਾਂ ਪਾਰਕਾਂ ਵਿੱਚ ਲੱਗੇ ਹੁੰਦੇ ਆ, ਕਲੋਨੀਆਂ ਵਿੱਚ ਲੱਗੇ ਹੁੰਦੇ ਆ, ਤਾਂ ਮੇਰਾ ਅਕਸਰ ਹੀ ਸਵਾਲ ਹੁੰਦਾ ਵੀ ਹਾਏ ਇੰਨੀ ਛੇਤੀ ਇੰਨੇ ਵੱਡੇ ਕਿਵੇਂ ਹੋ ਜਾਂਦੇ ਆ। ਤਾਂ ਮੈਨੂੰ ਮੇਰਾ ਉਹ ਜਵਾਬ ਮਿਲ ਗਿਆ ਵੀ ਉਹ ਇੱਥੋਂ ਨਰਸਰੀਆਂ 'ਚੋਂ ਲਿਜਾ ਕੇ ਉੱਥੇ ਲਗਾਏ ਜਾਂਦੇ ਨੇ, ਤਾਂ ਹੀ ਉਹ ਇੰਨੀ ਜਲਦੀ ਵੱਡੇ ਹੋ ਜਾਂਦੇ ਨੇ। ਛੋਟੇ ਹੁੰਦੇ ਮੇਰੇ ਮਨ 'ਚ ਇਹ ਸਵਾਲ ਬਹੁਤ ਉੱਠਦਾ ਸੀ ਕਿ ਇੰਨੀ ਜਲਦੀ ਇੰਨੇ ਵੱਡੇ ਕਿਵੇਂ ਹੋ ਜਾਂਦੇ ਨੇ, ਤਾਂ ਮੈਨੂੰ ਮੇਰੇ ਉਹ ਸਵਾਲ ਦਾ ਅੱਜ ਜਵਾਬ ਮਿਲ ਗਿਆ। ਹਾਂਜੀ ਦੋਸਤੋ ਨਰਸਰੀ ਵਿੱਚ ਤੁਸੀਂ ਦੇਖ ਸਕਦੇ ਹੋ ਸੋਹਣੇ ਸੋਹਣੇ ਪੋਟਸ ਪਏ ਨੇ, ਗਮਲੇ ਪਏ ਨੇ, ਪਲਾਸਟਿਕ ਦੇ ਨੇ, ਇਹ ਮੈਨੂੰ ਤਾਂ ਬਹੁਤ ਸੋਹਣੇ ਲੱਗ ਰਹੇ ਨੇ। ਆਹ ਉੱਠ ਵਾਲੇ ਗਮਲੇ ਦੇਖ ਸਕਦੇ ਹੋ ਤੁਸੀਂ, ਇਹ ਉੱਠ ਵਾਲੇ ਗਮਲੇ ਤੁਸੀਂ ਦੇਖ ਸਕਦੇ ਹੋ, ਘਰਾਂ ਵਿੱਚ ਰੱਖੇ ਬਹੁਤ ਸੋਹਣੇ ਲੱਗਦੇ ਆ। ਆਹ ਕੱਛੂ ਕੁੰਮੇ ਵਾਲੇ ਪਏ ਨੇ, ਪਿੱਛੇ ਪਲਾਸਟਿਕ ਦੇ ਗਮਲੇ ਪਏ ਨੇ, ਰੰਗ ਬਿਰੰਗੇ ਰੰਗਾਂ ਦੇ, ਕੋਈ ਪੀਲਾ ਹੈ, ਲਾਲ ਹੈ, ਕੋਈ ਨੀਲਾ ਹੈ, ਫਿਰੋਜ਼ੀ ਹੈ, ਹਰਾ ਹੈ, ਜਿਹੜੇ ਕਿ ਬਹੁਤ ਸੋਹਣੇ ਲੱਗ ਰਹੇ ਨੇ ਪਏ। ਇਹ ਨਰਸਰੀ ਮਾਨਸਾ ਰੋਡ ਬਠਿੰਡਾ ਵਿਖੇ ਹੈ, ਇੱਧਰ ਤੁਸੀਂ ਦੇਖ ਸਕਦੇ ਹੋ ਕੈਕਟਸ ਦੇ ਪਲਾਂਟ ਪਏ ਨੇ, ਇਨਡੋਰ ਆਊਟਡੋਰ ਪਲਾਂਟਸ ਮੈਨੂੰ ਤਾਂ ਬਹੁਤ ਸੋਹਣੇ ਲੱਗਦੇ ਨੇ ਇਹ।
ਜੇ ਤੁਸੀਂ ਛੋਟਾ ਬੂਟਾ ਲਾਉਂਗੇ ਤਾਂ ਉਹਦਾ ਰੇਟ ਘੱਟ ਹੁੰਦਾ, ਉਹ ਤੁਹਾਨੂੰ 50 ਰੁਪਏ 100 ਰੁਪਏ ਦੇ ਵਿੱਚ ਆਮ ਹੀ ਮਿਲ ਜਾਊਗਾ, ਅਤੇ ਜਿਹੜਾ ਬੂਟਾ ਤੁਸੀਂ ਵੱਡਾ ਲਉਂਗੇ ਉਹ 1000 ਰੁਪਏ ਤੱਕ ਤੁਹਾਨੂੰ ਇੱਥੋਂ ਵਾਜਿਬ ਰੇਟਾਂ 'ਤੇ ਮਿਲ ਜਾਣਗੇ। ਅਤੇ ਮੈਂ ਪਹਿਲਾਂ ਵੀ ਇੱਥੋਂ ਆਪਦੇ ਘਰ ਲਿਜਾ ਕੇ ਪਲਾਂਟਸ ਲਗਾਏ ਨੇ, ਅਤੇ ਇਹਨਾਂ ਦੇ ਪਲਾਂਟਸ ਖਰਾਬ ਨਹੀਂ ਹੁੰਦੇ, ਸੁੱਕਦੇ ਨਹੀਂ। ਇਹਨਾਂ ਪਲਾਂਟਸ ਦਾ ਰੇਟ ਆ ਜਿਹੜਾ ਇਹਨਾਂ ਦੀ ਹਾਈਟ ਦੇ ਅਕੋਰਡਿੰਗ ਹੁੰਦਾ। ਜੇ ਤੁਸੀਂ ਆਹ ਛੋਟਾ ਪਲਾਂਟ ਲਾਉਂਗੇ ਇਹ ਤੁਹਾਨੂੰ 50 ਰੁਪਏ ਦਾ ਮਿਲ ਜੂਗਾ, ਇਹੀ ਇੱਧਰ ਵੱਡੇ ਪਲਾਂਟਸ ਪਏ ਨੇ ਇਹ ਤੁਹਾਨੂੰ 1000-1500 ਤੱਕ ਮਿਲੂਗਾ, ਕਿਉਂਕਿ ਇਹਨਾਂ ਦੀ ਕੇਅਰ ਕੀਤੀ ਗਈ ਹੈ ਕਾਫੀ ਟਾਈਮ ਦੇ ਨੇ। ਛੋਟੇ ਤੁਹਾਨੂੰ ਘੱਟ ਰੇਟਾਂ 'ਚ ਮਿਲ ਜਾਂਦੇ ਨੇ, ਪਰ ਆਪਾਂ ਨੂੰ ਵੀ ਇਹਨਾਂ ਦੀ ਬਹੁਤ ਕੇਅਰ ਕਰਕੇ ਸੰਭਾਲ ਕੇ ਅੱਗੇ ਅੱਗੇ ਫਿਰ ਇਹਨਾਂ ਨੂੰ ਵੱਡਾ ਕਰਨਾ ਪੈਂਦਾ। ਜਿਵੇਂ ਆਹੀ ਪਲਾਂਟਸ ਲੈਣਾ ਹੋਵੇ, ਆਹੀ ਬੂਟਾ ਲੈਣਾ ਹੋਵੇ, ਤਾਂ ਇਹ ਬੂਟਾ ਆਪਾਂ ਨੂੰ ਸਿਰਫ 50 ਰੁਪਏ 'ਚ ਮਿਲ ਜੂਗਾ, ਉਹ ਬੂਟਾ ਆਪਾਂ ਨੂੰ 1000 ਰੁਪਏ 'ਚ ਪਊਗਾ। ਇਹਨਾਂ ਦੀ ਹਾਈਟ, ਇਹਨਾਂ ਦੀ ਉਮਰ ਦੇ ਅਕੋਰਡਿੰਗ ਇਹਨਾਂ ਦਾ ਰੇਟ ਸੈੱਟ ਕੀਤਾ ਹੁੰਦਾ। ਇਹ ਬਹੁਤ ਸੋਹਣੇ ਫਲਾਵਰ ਜਿਹੜੇ ਮੈਂ ਸਾਹਮਣੇ ਦੇਖ ਰਹੀ ਹਾਂ, ਇਹ ਤਾਂ ਮੈਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਦੇਖੇ ਆ। ਮੈਂ ਤਾਂ ਕਦੇ ਇੱਦਾਂ ਦੇ ਪਲਾਂਟਸ ਪਹਿਲਾਂ ਦੇਖੇ ਹੀ ਨਹੀਂ ਸੀ। ਮੈਨੂੰ ਤਾਂ ਇਹ ਬਹੁਤ ਸੋਹਣੇ ਲੱਗ ਰਹੇ ਨੇ, ਤੁਸੀਂ ਵੀ ਦੱਸਿਓ ਤੁਹਾਨੂੰ ਕਿੱਦਾਂ ਦੇ ਲੱਗੇ, ਸੋਹਣੇ ਲੱਗੇ ਜਾਂ ਨਹੀਂ ਲੱਗੇ। ਇਹ ਪਲਾਂਟਸ ਮੈਨੂੰ ਬਹੁਤ ਸੋਹਣੇ ਲੱਗ ਰਹੇ ਨੇ, ਇਹ ਤਾਂ ਮੈਂ ਪਹਿਲੀ ਵਾਰ ਦੇਖੇ ਆ ਇੰਨੇ ਸੋਹਣੇ ਪਲਾਂਟਸ। ਮੈਨੂੰ ਤਾਂ ਇਹ ਬਹੁਤ ਸੋਹਣੇ ਲੱਗੇ। ਇੱਥੇ ਮਿੱਟੀ ਦੇ ਗਮਲੇ ਵੀ ਪਏ ਆ, ਤੁਸੀਂ ਦੇਖੋ ਛੋਟੇ ਛੋਟੇ। ਕੁਛ ਪਲਾਂਟਸ ਖਰਾਬ ਵੀ ਹੋ ਗਏ, ਮੌਸਮ ਹੀ ਇੱਦਾਂ ਦਾ ਚੱਲ ਰਿਹਾ, ਗਰਮੀ ਬਹੁਤ ਜ਼ਿਆਦਾ ਹੋਈ ਪਈ ਆ। ਇੱਧਰ ਫਰੂਟਸ ਦੇ ਪਲਾਂਟ ਪਏ ਨੇ, ਕੱਦੂ ਦੀ ਵੱਲ ਵੀ ਲੱਗੀ ਹੋਈ ਹੈ ਸਾਹਮਣੇ, ਤੁਸੀਂ ਦੇਖੋ ਫੁੱਲ ਵੀ ਲੱਗੇ ਪਏ ਨੇ। ਮੈਨੂੰ ਤਾਂ ਦਿਖ ਗਈ, ਤੁਹਾਨੂੰ ਦਿਖ ਗਈ ਕਿ ਨਹੀਂ ਦਿਖੀ ਕਮੈਂਟ ਕਰਕੇ ਦੱਸਿਓ ਜ਼ਰੂਰ। ਜੇ ਤੁਹਾਡੇ ਘਰ ਥੋੜ੍ਹੀ ਜਿਹੀ ਜ਼ਿਆਦਾ ਜਗ੍ਹਾ ਤਾਂ ਤੁਸੀਂ ਫਰੂਟ ਦੇ ਪਲਾਂਟ ਵੀ ਜ਼ਰੂਰ ਲਗਾਓ, ਤਾਂ ਜੋ ਤੁਹਾਨੂੰ ਫਰੈਸ਼ ਫਰੂਟ ਮਿਲਦੇ ਰਹਿਣ। ਹਾਂਜੀ ਦੋਸਤੋ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਵੀ ਆਹ ਵੇਲ ਆਪਣੇ ਕਿਹਦੇ ਕਿਹਦੇ ਘਰ ਲੱਗੀ ਆ। ਹਾਂਜੀ ਮੈਂ ਤੁਹਾਨੂੰ ਦਿਖਾਉਣੀ ਆ ਪਲਾਂਟਸ ਨਰਸਰੀ ਦੇ ਵਿੱਚ, ਹਰੇ ਜਾਮਣੀ ਮੈਨੂੰ ਤਾਂ ਬਹੁਤ ਸੋਹਣੇ ਲੱਗੀ ਜਾਂਦੇ ਆ। ਇੱਧਰ ਵੀ ਤੁਸੀਂ ਦੇਖੋ ਪਲਾਂਟਸ ਤਿਆਰ ਕਰੀ ਜਾਂਦੇ ਨੇ ਇੱਧਰ ਪਲਾਂਟਸ ਨੂੰ। ਅਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਤੁਹਾਡੇ ਘਰ ਕਿਹੜੇ ਕਿਹੜੇ ਲੱਗੇ ਆ ਇਹਨਾਂ 'ਚੋਂ ਬੂਟੇ। ਮੈਨੂੰ ਇਹ ਫੁੱਲ ਬੂਟੇ ਚੰਗੇ ਲੱਗਦੇ ਆ, ਮੈਨੂੰ ਫੁੱਲਾਂ ਬੂਟਿਆਂ ਨਾਲ ਬਹੁਤ ਪਿਆਰ ਹੈ। ਮੈਂ ਜਦੋਂ ਵੀ ਸਵੇਰੇ ਉੱਠਦੀ ਹਾਂ ਸਭ ਤੋਂ ਪਹਿਲਾਂ ਜਿਹੜੇ ਮੇਰੇ ਘਰ ਫੁੱਲ ਬੂਟੇ ਲੱਗੇ ਆ ਸਾਰਿਆਂ ਨਾਲੋਂ ਪਹਿਲਾਂ ਮੈਂ ਉਹਨਾਂ ਨੂੰ ਦੇਖਣ ਜਾਂਦੀ ਹਾਂ ਸਵੇਰੇ ਉੱਠ ਕੇ, ਚਾਹ ਵੀ ਬਾਅਦ 'ਚ ਪੀਨੀ ਹਾਂ। ਬਹੁਤ ਸੋਹਣਾ ਮਾਹੌਲ ਹੈ ਇੱਥੇ ਤਾਂ, ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਇੱਥੇ ਆ ਕੇ ਇੱਥੋਂ ਬੂਟੇ ਖਰੀਦਣੇ। ਤੁਸੀਂ ਕੇਲੀ ਦਾ ਬੂਟਾ ਦੇਖ ਸਕਦੇ ਹੋ ਸਾਹਮਣੇ, ਦੇਖੋ ਕਿੱਡਾ ਸੋਹਣਾ ਬੂਟਾ ਹੈ, ਕਿੰਨੇ ਸੋਹਣੇ ਫੁੱਲ ਲੱਗੇ ਇਹਨੂੰ। ਮੈਂ ਤਾਂ ਆਪਦੇ ਘਰ ਲਈ ਇਹਨੂੰ ਜ਼ਰੂਰ ਖਰੀਦੂੰਗੀ, ਦੇਖੋ ਕਿੰਨੇ ਸੋਹਣੇ ਲੱਗਦੇ ਆ। ਮੈਂ ਕੋਈ ਇਸ ਨਰਸਰੀ ਦੀ ਕਮਰਸ਼ੀਅਲ ਐਡ ਨਹੀਂ ਕਰ ਰਹੀ, ਪਰ ਮੈਂ ਆਪਦੇ ਘਰ ਇਸ ਨਰਸਰੀ ਤੋਂ ਲਿਜਾ ਕੇ ਬਹੁਤ ਸਾਰੇ ਫੁੱਲਾਂ ਦੇ ਬੂਟੇ ਫਲਾਂ ਦੇ ਬੂਟੇ ਲਾਏ ਨੇ ਜਿਹੜੇ ਕਿ ਮੇਰੇ ਘਰ ਵਧੀਆ ਚੱਲੇ ਨੇ।
ਇਸ ਕਰਕੇ ਮੈਂ ਅੱਜ ਦੁਬਾਰਾ ਤੋਂ ਇਸ ਨਰਸਰੀ ਵਿੱਚ ਆਈ ਹਾਂ।